ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁੱਪੀ ਖਾਪੜ ਜਿਹੜੀ ਵਾ ਹਾਊਸ ਹੈ ਸਾਰੇ ਅਸੀਂ ਕੈਮ ਹੋ ਗਏ ਅੱਜ ਚੱਲੇ ਆਪਾਂ ਮਾਲ 'ਚ ਮਾਲ 'ਚ ਅਤੇ ਆਪਾਂ ਨਾਲੇ ਕੱਪੜੇ ਕੁੱਪੜੇ ਲੈ ਆਈਏ ਥੋੜ੍ਹੇ ਬਹੁਤੇ ਸ਼ੋਪਿੰਗ ਕਰੀਏ ਮੈਂ ਅਤੇ ਮੇਰੀ ਵਾਈਫ ਚੱਲੇ ਸੋ ਮੈਂ ਕਿਹਾ ਮਾਲ 'ਚ ਆ ਗਏ ਆਪਾਂ ਮਾਲ 'ਚ ਘੁੰਮ ਚਲੋ ਜੀ ਪਹੁੰਚ ਗਏ ਆਪਾਂ ਮਾਲ 'ਚ ਆਪਾਂ ਉੱਪਰ ਦੇਖੋ ਕਿੱਦਾਂ ਮਸਾ ਨਹੀਂ ਆਉਂਦਾ ਪਸੰਦ ਨਹੀਂ ਆਉਂਦੇ ਕੋਈ ਸੂਟ ਨਾ ਕੋਈ ਜੀਨ ਟੋਪ ਕੀ ਕਰੀ ਜਾਣਾ ਆਪਾਂ ਲੈ ਲਿਆ ਸਮਾਨ ਸਮਾਨ ਕਹਿੰਦਾ ਜੀਨ ਟੋਪ ਲੈ ਲਈ ਅਤੇ ਲੋਅਰ ਵੀ ਲੈ ਲਿਆ ਤਾਂ ਆਪਾਂ ਚੱਲਦੇ ਹਾਂ ਘਰ ਆਹ ਮਾਲ 'ਚ ਦੇਖੋ ਕਿੱਡੇ ਸੋਹਣੇ ਲੱਗੇ ਹੈ ਮੌਸਮ ਦੇਖੋ ਕਿੱਡਾ ਵਧੀਆ ਹੋ ਗਿਆ ਵਿਊ ਚੈੱਕ ਕਰੋ ਬਾਹਰ ਦਾ ਮਲਾਈ ਚਾਂਪ ਮਲਾਈ ਚਾਂਪ ਖਾਣਾ ਜੀ ਆਪਾਂ ਘਰ ਅਸੀਂ ਖਾਣ ਲੱਗੇ ਹਾਂ ਅਸੀਂ ਪੈਕ ਕਰਾਉਣ ਲੱਗੇ ਅਤੇ ਬਰਗਰ ਪੈਕ ਕਰਕੇ ਘਰ ਚੱਲਦੇ ਹਾਂ ਹਾਂਜੀ ਜੀ ਆਪਾਂ ਮਲਾਈ ਚਾਂਪ ਖਾ ਰਹੇ ਹਾਂ ਅਤੇ ਫੁੱਲ ਪਲੇਟ ਅਤੇ ਨਾਲ ਪਾਪਾ ਮੰਮਾ ਦੇ ਕਰਾ ਕੇ ਅਸੀਂ ਬਰਗਰ ਪੈਕ ਹਾਂਜੀ ਜੀ ਆਪਾਂ ਚਾਂਪ ਖਾਣਾ ਹੈ ਮਲਾਈ ਚਾਂਪ ਅਤੇ ਮੰਮਾ ਵਾਸਤੇ ਬਰਗਰ ਦੋ ਵਾਸਤੇ ਅਤੇ ਮੌਲ 'ਚ ਵੀ ਸਾਰਾ ਪਤਾ ਸਮਾਨ ਲਿਆ ਅਤੇ ਹੁਣ ਆਪਾਂ ਚੱਲਦੇ ਘਰ ਅਤੇ ਕਿੰਨਾ ਟਾਈਮ ਤੁਸੀਂ ਹਾਂ ਕੋਈ ਨਹੀਂ ਕਰ ਦਿੰਦੇ ਭਰਾ ਹੋਰ ਆਪਣੇ ਕੀ ਆ ਚਲੋ ਹਾਂਜੀ ਆਪਾਂ ਖਾਣਾ ਗਿਆ ਚੌਲ ਇਹਨਾਂ ਦਾ ਪਾਪਾ ਵੀ ਦੇ ਚੱਕਣ ਮੰਮਾ ਪਾਪਾ ਅਤੇ ਵਧੀਆ ਗੱਲ ਹੈ ਅਤੇ ਆਪ ਸਮਾਨ ਲੈਣ 'ਤੇ ਅੱਗੇ ਆਪਾਂ ਅਤੇ ਨਾਲ ਸਪਰਿੰਗ ਰੋਲ ਅਤੇ ਨਾਲੇ ਚਾਂਪਾਂ ਅਤੇ ਨਾਲੇ ਬਰਗਰ ਅਤੇ ਚਾਂਪਾਂ ਤਾਂ ਖਾ ਹੀ ਆਪਾਂ ਉੱਥੇ ਮਲਾਈ ਚਾਂਪ ਘਰ ਆਣ ਕੇ ਫਿਰ ਲਿਆਂਦਾ ਬਰਗਰ ਓਕੇ ਮਾਈ ਡੀਅਰ ਲਵ ਯੂ ਸੋ ਮਚ ਲੈ ਵੀ ਚਾਂਪਾਂ ਅਤੇ ਆ ਗਏ ਬਰਗਰ 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 ਡੈਡੀ ਨਹੀਂ ਛਾਣਗੇ ਐਂ ਪਾਪਾ ਖਾਣਗੇ ਬਰਗਰ ਡੈਡੀ ਛਕ ਲਓ ਹੈਂ ਮੈਂ ਡੈਡੀ ਜੀ ਕਹਿੰਦੇ ਮੈਂ ਲੱਗਾ ਖਾਣਾ ਛਕਣਾ ਚਾਹੀਦਾ ਬਰਗਰ ਅਤੇ ਆਪਾਂ ਤਾਂ ਖਾਣੇ ਅਤੇ ਹੋਰ ਸਾਰੇ ਸੁਣਾਓ ਠੀਕ ਠਾਕ ਨਾਲੇ ਇੰਨਾ ਸਪੋਰਟ ਕਰਨ ਵਾਸਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਅਤੇ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੋ ਖੁਸ਼ ਰਹੋ ਅਤੇ ਮੌਜਾਂ ਮਾਣਦੇ ਰਹੋ ਲਾਈਫ ਇੱਕ ਵੀ ਛੱਡਣੀ ਨਹੀਂ ਹੈ ਖੁੱਲ੍ਹ ਕੇ ਜੀਓ ਮਾਈਆਂ ਬਣਾਓ ਸਰਬਾ ਚੁੰਬਾ ਖਾਓ ਜੂਸ ਪੀਓ ਹੈਨਾ ਪਾਪਾ ਜੀ ਦੇ ਜਾਣ ਖਾਣਾ 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 ਖਾ ਕੇ ਇਹਨਾਂ ਨੇ ਪਾਰਟੀ ਵਿੱਚ ਚਲੇ ਜਾਣਾ ਟਾਈਮ ਹੋ ਗਿਆ ਨੌ ਦਾ ਟਾਈਮ ਸਵਾ ਨੌ ਅਤੇ ਆਪਾਂ ਹੁਣ ਮੰਮੀ ਜੀ ਖਾਣਾ ਪਕਾਉਣੀ ਮੰਮੀ ਜੀ ਖਾਣਾ ਪਕਾ ਗਿਆ ਕਿਉਂ ਨਹੀਂ ਚਾਹ ਮਿਲਣੀ ਦੱਸ ਕਿਉਂ ਨਹੀਂ ਮਿਲਣੀ ਵਾਏ ਮੰਮੀ ਬੋਲਦੀ ਬਾਈ ਇਹ ਹੈ ਬੰਦੇ ਮੇਰੇ ਵਾਸਤੇ ਪਤਾ ਨਹੀਂ ਕੁਛ ਲੈ ਕੇ ਨਹੀਂ ਆਉਣਾ ਤੇ ਕੱਲ ਇਹਨਾਂ ਨੇ ਅਸੀਂ ਚੱਲੇ ਅੱਜ ਕਿਤੇ ਮਾਲ ਤੇ ਚੱਲੇ ਮਾਲ ਤੇ ਕਦਾ ਸਾਡਾ ਪਿੰਡ ਅੱਜ ਮਨਪ੍ਰੀਤ ਵਿਚਾਰੀ ਇੱਥੇ ਹਰੀ ਵੈਰੀ ਸੋਰੀ ਮੌਸਮ ਬਹੁਤ ਵਧੀਆ ਹੋਣ ਦਿਆ ਅੱਜ ਮਾੜੀ ਮਾੜੀ ਧੁੱਪ ਮਾੜੀ ਮਾੜੀ ਹੈ ਠੰਡੀ ਥਾਰ ਓਕੇ ਡੈਡੀ ਨੇ ਜਾਣਾ ਅੱਜ ਕਪਾਹ ਡੈਡੀ ਅੱਜ ਬੋਲਣ ਗਿਆ
ਤੇ ਆਪਾਂ ਵੀ ਅੱਜ ਮਾੜਾ ਮਾੜਾ ਕੰਮ ਕਰ ਲਈਏ ਇਹ ਵਾਰ ਪੇਪਰ ਲੁਕਣਾ ਲਾਉਣਾ ਜਾਣਾ ਹੈ ਇਹਦੇ ਘਰ ਮੋਟਰਸਾਈਕਲ ਨੇ ਬੜਾ ਸਾਥ ਦਿੱਤਾ ਵਧੀਆ ਗੱਲ ਹੈ ਕੋਈ ਨਹੀਂ ਇਹਨੂੰ ਮੋਡੀਫਾਈ ਆਪਾਂ 10-15 ਦਿਨਾਂ 'ਚ ਉਹ ਹੋ ਜਾਣਾ ਟਾਇਰ ਵੀ ਪਿਛਲਾ ਚੇਂਜ ਹੋਣ ਵਾਲਾ ਅਤੇ ਗੱਡ ਦਾ ਸਹੀ ਹੈ ਮੈਸੇਜ ਮੈਂ ਗੱਡ ਦਾ ਵੀ ਚੇਂਜ ਹੋਣ ਵਾਲਾ ਇਹਨਾਂ ਨੂੰ ਉਹਨੂੰ ਸੈਕਿੰਡ ਹੈਂਡ ਪਾਉਣਾ ਟਾਇਰ ਅਤੇ ਇਹਨੂੰ ਸੈਕਿੰਡ ਹੈਂਡ ਪਵਾ ਕੇ ਟਾਇਰ ਅਤੇ ਆਰ ਡੀ ਜਿਹੜੇ ਇਸ਼ਾਰੇ ਆ ਇਹਨਾਂ ਨੂੰ ਨਹੀਂ ਪਾਉਣੇ ਇਹ ਲੱਥ ਜਾਂਦੇ ਆ ਨਾ ਚੱਲਦੇ ਆ ਹਰ ਨੂੰ ਇੱਕ ਚੇਂਜ ਕਰਾਉਣ ਵਾਲਾ ਆ ਅਤੇ ਬਾਕੀ ਠੀਕ ਆ ਮੋਸਾ ਬਾਕੀ ਓਕੇ ਆ ਅਤੇ ਸਿੱਧੂ ਮੂਸੇਵਾਲੇ ਦੀ ਫੋਟੋ ਲਾਉਣੀ ਆ ਘੈਂਟ ਅਤੇ ਲਾ ਕੇ ਸਟਿੱਕਰ ਕਿਵੇਂ ਕਿਵੇਂ ਕਰ ਦੇਣਾ ਮੋਸਾ ਆਪਾਂ ਅਤੇ ਬਾਜ ਆ ਜਾਣੀ ਪਾਪਾ ਦੀ ਪੈਂਥਰ ਐਕਟਿਵ ਆ ਅਤੇ ਇਹਨੂੰ ਵੀ ਸਹੀ ਹਰਾਉਣ ਵਾਲੀ ਹੋਈ ਆ ਅਤੇ ਇਹਨੂੰ ਵੀ ਸਹੀ ਹੋ ਕੇ ਦਿੰਦੇ ਹਾਂ ਕੀ ਕਰਦੇ ਹਾਂ ਅਤੇ ਫਿਰ ਲੈ ਕੇ ਨਹੀਂ ਵਾਸ਼ਿੰਗ ਮਸ਼ੀਨ ਵੀ ਹੋ ਗਈ ਖਰਾਬ ਵਾਸ਼ਿੰਗ ਮਸ਼ੀਨ ਵੀ ਲੈ ਆਉਣੀ ਆ ਨਵੀਂ ਅਤੇ ਇਹ 2-3 ਚੀਜ਼ਾਂ ਹੋਣ ਵਾਲੀਆਂ ਘਰ 'ਚ ਵੀ ਜਾਣ ਨੂੰ ਦੇਈ ਆ ਸੋਚਣਾ ਬਠਿੰਡੇ ਮਾਨਸਾ ਬਠਿੰਡੇ ਅਤੇ ਵੇਖੋ ਕਿੱਦਣ ਜਾਂਦੇ ਹਾਂ ਪਲੈਨ ਤਾਂ ਬਣਦੇ ਆ ਅਤੇ ਪਹਿਲਾਂ ਜਾਣਾ ਸੀ ਭੈਣ ਕੋਲ ਮੇਰੀ ਆਪਣੀ ਭੈਣ ਕੋਲ ਤਰਨ ਤਾਰਨ ਜਾਵਾਂਗੇ 25 ਤਰੀਕ ਨੂੰ ਤਰਨ ਤਾਰਨ ਜਾਵਾਂਗੇ ਅਤੇ 1 ਤਰੀਕ ਨੂੰ ਜਾਵਾਂਗੇ ਮਾਨਸਾ ਬਠਿੰਡੇ ਮਹੀਨਾ ਗੱਲ ਏ ਅਤੇ ਫਿਰ ਉੱਥੇ ਜਾ ਕੇ ਉੱਥੇ 5-6 ਦਿਨ ਰਹਿ ਕੇ ਫਿਰ ਜਾਣਾ ਚੰਡੀਗੜ੍ਹ ਇੱਕ ਭੈਣ ਆ ਉਹਨੂੰ ਮਿਲ ਕੇ ਅਤੇ ਉਹਦਾ ਹੈਗਾ ਵੀ ਮਨਜੋਤ ਦਾ ਵੀ ਹੈਗਾ ਵੀ ਬਰਥਡੇ ਉੱਥੇ ਸੈਲੀਬ੍ਰੇਟ ਕਰਾਂਗੇ ਸੈਲੀਬ੍ਰੇਟ ਕਰਕੇ ਫਿਰ ਵਾਪਸ ਫਿਰ ਜਾਵਾਂਗੇ ਵੀ ਬੋਂਬੇ ਭੂਆ ਨੇ ਵੀ ਟਿਕਟਾਂ ਬੁੱਕ ਹੋ ਜਾਣੀਆਂ ਆਲੀ 4 ਤਰੀਕ ਨੂੰ ਟਿਕਟਾਂ ਬੁੱਕ ਹੋ ਜਾਣੀਆਂ ਫਿਰ 1 ਮਹੀਨੇ ਨੂੰ ਅਸੀਂ ਜਾਵਾਂਗੇ ਵੀ ਬੋਂਬੇ ਭੂਆ ਕੋਲ ਉੱਥੇ ਸਾਡਾ ਹੈਗਾ 8-9 ਦਿਨ ਦਾ 8 ਕੁ ਦਿਨ ਦਾ ਹੈਗਾ ਟੂਰ ਅਤੇ ਸਾਰਾ ਵੀ ਘੁੰਮਾਂਗੇ ਬੋਂਬੇ ਸ਼ਹਿਰ 'ਚ ਘੁੰਮ ਕੇ ਫਿਰ ਵਾਪਸ ਫਿਰ ਤੁਹਾਨੂੰ ਇੱਕ ਵੀ ਵੱਡਾ ਰੱਖ ਦੇਵਾਂਗੇ ਸਰਪ੍ਰਾਈਜ਼ ਹਲੇ ਉਹ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਵੀ ਵੇਖਦੇ ਹਾਂ ਅਤੇ ਉੱਧਰੋਂ ਵੀ ਮੁੰਡੇ ਨਾਲ ਦਈ ਆਪੇ ਗੱਲਬਾਤ ਚੱਲਣਾ ਬਹੁਤ ਤਕੜਾ ਸਰਪ੍ਰਾਈਜ਼ ਆ ਅਤੇ ਵੇਖਾਂਗੇ ਜੇ ਤਾਂ ਹੋ ਗਿਆ ਸਹੀ ਫਿਰ ਤਾਂ ਬਾਬੇ ਰਮੇਰ ਹੋ ਜਾਣਗੇ ਅਤੇ ਫਿਰ ਇੱਥੇ ਕੰਮ ਕਾਰ ਕਰਾਂਗੇ ਸਾਡਾ ਤੁਹਾਨੂੰ ਪਤਾ ਲੱਗ ਹੀ ਜਾਣਾ ਵਿੱਚ ਵਿੱਚ ਹੈ ਨਾ ਵੀ ਚਲੋ ਵਧੀਆ ਗੱਲ ਹੈ ਵੀ ਜੇ ਲੱਗ ਗਿਆ ਪਤਾ ਤਾਂ ਵੀ ਆਇਆ ਵੀ ਆ ਜਿਹੜੀ ਛੱਤ ਆ ਉੱਤੇ ਮੈਂ ਜਿਹੜੀ ਛੱਤ 'ਤੇ ਲਵਾ ਲੈਣੀ ਆ ਟਾਇਲ ਵੀ ਜਿਹੜਾ ਵੀ ਆ ਜਿਹੜੀ ਛੱਤ ਆ ਜਿਹੜੀ ਛੱਤ 'ਤੇ ਬਾਈ ਉੱਪਰ ਲਵਾ ਲੈਣੀ ਮੈਂ ਟਾਇਲ ਟਾਇਲ ਤਾਂ ਲਾਉਣੀ ਅਤੇ ਮੀਂਹ ਪੈਂਦੀ ਨਾ ਨਾ ਚੁੰਦੇ ਆ ਵੀ ਟਾਇਲ ਲਵਾ ਕੇ ਮੀਂਹ ਨਾਲ ਜਿਹੜਾ ਚੋਵੇ ਜਿਹੜਾ ਕੁੱਟੇ ਹਾਲੇ ਵੀ ਮਾੜੇ ਮਾੜੇ ਚੁੰਦੇ ਆ ਕਿਤੇ ਕਿਤੇ ਚੁੰਦੇ ਆ ਕੁੱਟੇ ਅਤੇ ਵੀ ਹੁਣ ਤੁਹਾਨੂੰ ਪਤਾ ਵੀ ਗਾਂ ਮੀਂਹ ਆਉਣ ਵਾਲੇ ਆ ਅਤੇ ਕੋਠੇ ਨੂੰ ਮੈਂ ਟਾਇਲ ਲਵਾ ਲਈ ਹੈ 10-15 ਹਜ਼ਾਰ ਹੈ ਨਾ ਵੀ ਲਵਾ ਕੇ ਇਹਨੂੰ ਕੰਮ ਕਰ ਦਾ ਸੈੱਟ ਕਰਕੇ ਫਿਰ ਕੋਈ ਨਾ ਕੋਈ ਗਾਂ ਸੋਚਾਂਗੇ ਕੀ ਕਰਾਂਗੇ ਕੀ ਨਹੀਂ ਪਹਿਲਾਂ ਇਹ ਸੋਚੀ ਇੰਨਾ ਕੁ ਇੰਨਾ ਸੋਚਿਆ ਹੌਲੀ 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 ਸਾਰਾ ਕੁਛ ਸੈੱਟ ਹੋ ਜਾਂਦਾ ਬੰਦੇ ਦਾ ਲਾਈਫ ਬੰਦਾ ਜਦੋਂ ਇੱਕ ਪਾਸੇ ਧਿਆਨ ਹੈ ਨਾ ਵੀ ਬੰਦਾ ਕਰ ਲੈਣ ਮੈਂ ਆਹ ਕੰਮ ਕਰਨਾ ਫਿਰ ਉਹ ਬੰਦਾ ਹੋ ਜਾਂਦਾ ਕੰਮ ਕੁਛ ਟਾਈਮ ਪਾ ਕੇ ਬੰਦਾ ਹੋ ਜਾਂਦਾ ਕੰਮ ਉਹ ਹੋ ਤਾਂ ਜਾਂਦਾ ਕੰਮ ਆਪਾਂ ਹੌਲੀ ਹੌਲੀ ਕੰਟੀਨਿਊ ਕਰਾਂਗੇ ਆਪਾਂ ਖੈਰ ਵੀ ਵਧੀਆ ਕਰਾਂਗੇ ਤਿਆਰ ਇਹ ਘਰ ਨਹੀਂ ਮੈਂ ਵੀ ਕੋਈ ਕਹਿੰਦੇ ਮੇਰੇ ਚਾਚੇ ਦਾ ਇਹ ਘਰ ਵੀ ਵੇਚ ਦਿਓ ਜਾਂ ਹੋਰ ਕਿਤੇ ਲੈ ਲਓ ਇਹ ਹੋਰ ਕਿਤੇ ਵੀ ਲਵਾਂਗੇ ਪਰ ਇਹ ਥਾਂ ਨਹੀਂ ਮੈਂ ਵੀ ਇਹ ਥਾਂ ਮੈਂ ਤਾਂ ਨਹੀਂ ਵੇਚਣਾ ਇੱਥੇ ਮੈਂ ਵੀ ਛੋਟਾ ਹੁੰਦਾ ਵੀ ਖੇਡਿਆ ਮੱਲਿਆ ਵੀ ਡੈਡੀ ਦਾ ਵੀ ਇੱਥੇ ਵੀ ਹੋਈ ਆ ਤੁਹਾਨੂੰ ਪਤਾ ਡੈਡੀ ਵੀ ਕਿੰਨੇ ਸਾਲ ਇੱਥੇ ਹੀ ਰਹੇ ਆ
ਅਤੇ ਉਹਨਾਂ ਨੇ ਘਰ ਤਿਆਰ ਕੀਤਾ ਆਪਣੇ ਹੱਥੀ। ਫਿਰ ਤੁਹਾਨੂੰ ਪਤਾ ਫਿਰ ਇਹ ਘਰ ਨੂੰ ਛੱਡ ਕੇ ਬੰਦਾ ਜਾ ਨਹੀਂ ਨਾ ਸਕਦਾ। ਇਹਦੀ ਇੱਕ ਵਾਰੀ ਐਂ ਪੂਰੀ ਤਰ੍ਹਾਂ ਕਰਕੇ ਉੱਤੇ ਮੋਟੀ ਤਿਆਰ ਕਰਕੇ ਅਤੇ ਇੱਥੇ ਜਿਹੜਾ ਬੇਬਾ ਜਿਹੜਾ ਹਾਲ ਹੈ ਉਹਨੂੰ ਇਹ ਕਿਸਾਨ ਕੰਧ ਕਰਕੇ ਕੰਧ ਕਰਕੇ ਅਤੇ ਬਟ ਇੱਕ ਸਾਈਡ ਆਪਾਂ ਭੀਰ ਲਵਾ ਕੇ ਬੂਹਾ ਇਹਨੂੰ ਲੌਕ ਕਰਕੇ ਅਤੇ ਬੰਦਾ ਵੀ ਉਹਨੂੰ ਸੋਮਵਾਰ ਅਤੇ ਸੋਮਵਾਰ ਬੰਦਾ ਇੱਥੇ ਆਵੇ। ਫਿਰ ਇੱਥੇ ਜਿਹੜਾ ਇੱਥੋਂ ਦਾ ਸਮਾਨ ਉਹ ਇੱਥੇ ਹੀ ਰਹੂਗਾ। ਟੋਟਲ ਮੇਨ ਮੇਨ ਸਮਾਨ ਲੈਣਾ, ਬਾਕੀ ਇੱਥੇ ਹੀ ਰਹੂਗਾ। ਪਤਾ ਕਿਉਂ ਬੰਦਾ ਸੋਮਵਾਰ ਆਵੇ, ਬੰਦਾ ਹਫ਼ਤੇ ਪਿੱਛੋਂ ਆਵੇ ਵੀ ਹਾਂ ਆਪਣਾ ਵੀ ਘਰ ਹੈਗਾ ਪਿੱਛੇ, ਤਾਂ ਕਰਕੇ ਇੱਦਾਂ ਹੁੰਦਾ। ਇਹਨੂੰ ਨਹੀਂ ਵੇਚਣਾ, ਇਹ ਇੱਥੇ ਹੀ ਰਹੂਗਾ। ਬਾਕੀ ਵਿਹਨੇ ਹਾਂ ਹਲੇ ਪੰਜ ਛੇ ਸਾਲ ਆਪਾਂ ਇੱਥੇ ਹਲੇ ਵਧੀਆ ਲੇ ਬਾਬੇ ਦੀ ਮਿਹਰ ਆ, ਘਰ ਬਾਰ ਚੱਲੀ ਜਾਂਦਾ ਵਧੀਆ ਤਰੀਕੇ ਨਾਲ। ਅਤੇ ਸਾਰੇ ਤੁਸੀਂ ਆਪੋ ਆਪਣੇ ਘਰ 'ਚ ਖੁਸ਼ ਰਹੋ ਅਤੇ ਵਧੀਆ ਹੀ ਰਹੋ ਯਾਰ, ਆਨੰਦ ਮਾਣੋ, ਹੱਸੋ ਖੇਡੋ ਮੌਜ ਕਰੋ। ਕੋਈ ਪਤਾ ਨਹੀਂ ਕਿੱਥੇ ਬੰਦਾ ਕਿੱਥੇ ਚੱਲ ਜਾਂਦਾ, ਅਤੇ ਇੱਦਾਂ ਹੱਸਦੇ ਖੇਡਦੇ ਹੀ ਰਿਹਾ ਕਰੋ ਬਸ। ਹਾਂਜੀ ਜੀ, ਹੋਰ ਕੋਈ ਨਵੀਂ ਤਾਜ਼ੀ ਆਪਣੇ ਬਾਰੇ ਸੁਣਾਓ ਅਤੇ ਅੱਜ ਦਾ ਵਲੋਗ ਤੁਹਾਨੂੰ ਮੇਰਾ ਫਿਰ ਵਧੀਆ ਲੱਗਿਆ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਅਤੇ ਮੇਰੇ ਆਉਂਦੇ ਵਲੋਗ ਨੂੰ ਬਹੁਤ ਵਧੀਆ ਵਲੋਗ ਆਉਣ ਵਾਲਾ ਅਤੇ ਅਸੀਂ ਚੱਲੇ ਘੁੰਮਣ ਫਿਰਨ। ਅਤੇ ਦੇਖੋ ਕਿੱਥੇ ਜਾਂਦੇ ਹਾਂ, ਤਿੰਨ ਆਪਸ਼ਨ ਆਈਆਂ, ਜਾਂ ਸਾਡੀ ਹਵੇਲੀ, ਸਾਡਾ ਪਿੰਡ ਸੋਰੀ, ਅਤੇ ਹੋਰ ਆਪਾਂ ਕਿੱਥੇ ਜਾਣਾ, ਅਤੇ ਸਾਡਾ ਪਿੰਡ ਅਤੇ ਅਬੋਧ ਹੈਗਾ, ਅਤੇ ਇੱਕ ਹੈਗਾ ਵੰਡਰਲੈਂਡ, ਇਹਨਾਂ ਦੋ ਇੱਕ ਹੋਰ ਆ, ਹੋਰ ਪਤਾ ਨਹੀਂ ਕਿਹੜੀ ਹੈ। ਵੇਖੋ ਜੀ ਅਸੀਂ ਕਾਫੀ ਦੂਰ ਹੀ ਜਾਣਾ ਘੁੰਮਣ, ਲੈ 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 ਮਸਕਰੀਆਂ ਨਾ, ਰੋਟੀ ਖਾਓ ਪਤਾ ਨਾ, ਅਤੇ ਖੇਡਖਾਨੀਆਂ ਹੁੰਦੀਆਂ ਰਹਿੰਦੀਆਂ ਸਾਡੇ ਨਾਲ ਪਤਾ ਨਾ ਮੇਰਾ ਕੋਈ ਬਾਦ ਦਾ। ਅਤੇ ਜੇ ਅੱਜ ਇੱਦਾਂ ਛੇੜਖਾਨੀ ਹੁੰਦੀਆਂ ਰਹਿੰਦੀਆਂ ਇਹਨਾਂ ਨੂੰ ਕੀ ਦੱਸੀਏ, ਅਤੇ ਕੀ ਕਰੀਏ, ਅਤੇ ਅਸੀਂ ਤਿੰਨ ਥਾਂ ਜਾਣਾ, ਵੇਖੋ ਕਿੱਥੇ ਕਿੱਥੇ ਜਾਂਦੇ ਹਾਂ, ਅਤੇ ਘੁੰਮਣਾ ਫਿਰਨਾ ਇੰਜੋਏ ਪੂਰਾ ਅੱਜ ਕਰਨਾਗੇ, ਵੇਖੋ ਕੀ ਕਰਦੇ। ਚਲੋ ਜੇ ਅੱਜ ਦਾ ਵਲੋਗ ਤੁਹਾਨੂੰ ਮੇਰਾ ਵਧੀਆ ਲੱਗਾ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਾ। ਨਹੀਂ ਤੈਨੂੰ ਥੋੜ੍ਹਾ ਲੱਗ ਜਾਣਾ, ਇਹਨੂੰ ਕੌਣ ਆ, ਆਪਾਂ ਨੇ ਤੈਨੂੰ ਜਾਣਦੇ ਹੈ ਨਾ, ਕੋਈ ਨਾ ਜਾਣਦਾ ਇਹਨੂੰ ਮਨਪ੍ਰੀਤ ਨੂੰ, ਅਤੇ ਥੈਂਕ ਯੂ ਸੋ ਮਚ। ਅਤੇ ਚਲੋ ਜੀ ਖਾਣਾ ਪਰੋਸੋ ਪਰੋਸੋ। ਹਾਂਜੀ ਜੇ ਅੱਜ ਦਾ ਵਲੋਗ ਤੁਹਾਨੂੰ ਮੇਰਾ ਵਧੀਆ ਲੱਗਿਆ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਅਤੇ ਮੇਰੇ ਚੈਨਲ ਸਬਸਕ੍ਰਾਈਬ ਕਰ ਦੇਣਾ, ਅਤੇ ਅਗਲੇ ਵਲੋਗ 'ਚ ਮਿਲਦੇ ਹਾਂ ਨੈਕਸਟ ਵਲੋਗ 'ਚ। ਓਕੇ ਬਾਏ ਬਾਏ, ਟੇਕ ਕੇਅਰ, ਸੀ ਯੂ ਟੁਮਾਰੋ।